ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈੱਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਤਾਂ ਦੋਸਤੋ, ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਿਆਦਾ ਅਮੇਜ਼ਿੰਗ ਰੈਮੇਡੀ ਸ਼ੇਅਰ ਕਰੂੰਗਾ ਜਿਸ ਦੇ ਇਸਤੇਮਾਲ ਦੇ ਨਾਲ ਤੁਸੀਂ ਆਪਣੇ ਬੈਲੀ ਫੈਟ ਨੂੰ ਰਿਡਿਊਸ ਕਰ ਸਕਦੇ ਹੋ। ਤਾਂ ਦੋਸਤੋ, ਇਸ ਦੇ ਅੰਦਰ ਤੁਹਾਨੂੰ ਸਿਰਫ ਦੋ ਚੀਜ਼ਾਂ ਨੂੰ ਹੀ ਬੋਇਲ ਕਰਨਾ ਹੈ ਅਤੇ ਇਸ ਦੇ ਇਸਤੇਮਾਲ ਦੇ ਨਾਲ ਤੁਸੀਂ ਦੇਖਦੇ ਰਹਿ ਜਾਓਗੇ ਅਤੇ ਤੁਹਾਡਾ ਬੈਲੀ ਫੈਟ ਰਿਡਿਊਸ ਹੁੰਦਾ ਚਲਾ ਜਾਵੇਗਾ। ਤਾਂ ਦੋਸਤੋ, ਇਸ ਦਾ ਅਸਰ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਹੀ ਦਿਸਣ ਲੱਗ ਜਾਵੇਗਾ। ਤਾਂ ਦੋਸਤੋ, ਇੱਕ ਹਫ਼ਤੇ ਤੋਂ ਬਾਅਦ ਵੀ ਤੁਸੀਂ ਇਸ ਨੂੰ ਰੈਗੂਲਰ ਯੂਜ਼ ਕਰ ਸਕਦੇ ਹੋ। ਤਾਂ ਚਲੀਏ ਦੋਸਤੋ, ਸ਼ੁਰੂ ਕਰਦੇ ਹਾਂ ਅੱਜ ਦੇ ਵੀਡੀਓ ਨੂੰ। ਤਾਂ ਦੋਸਤੋ, ਅੱਜ ਦੇ ਇਸ ਵੀਡੀਓ ਨੂੰ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਹੈ ਉਹ ਹੈ ਅਦਰਕ, ਯਾਨੀ ਕਿ ਜਿੰਜਰ। ਇਸ ਦੇ ਲਈ ਤੁਸੀਂ ਥੋੜ੍ਹਾ ਜਿਹਾ ਅਦਰਕ ਲੈਣਾ ਹੈ ਅਤੇ ਇਸ ਨੂੰ ਗ੍ਰੈਂਡ ਕਰ ਲੈਣਾ ਹੈ। ਤਾਂ ਦੋਸਤੋ, ਤਕਰੀਬਨ ਤੁਸੀਂ 10 ਗ੍ਰਾਮ ਅਦਰਕ ਲੈਣਾ ਹੈ। ਤਾਂ ਦੋਸਤੋ, ਅਦਰਕ ਬਹੁਤ ਹੀ ਜ਼ਿਆਦਾ ਇਫੈਕਟਿਵ ਹੈ ਵੇਟ ਲੋਸ ਦੇ ਵਿੱਚ। ਅਦਰਕ ਦੇ ਵਿੱਚ ਬਹੁਤ ਹੀ ਜ਼ਿਆਦਾ ਹਾਈ ਅਮਾਊਂਟ ਦੇ ਵਿੱਚ ਐਂਟੀ ਆਕਸੀਡੈਂਟਸ ਹੁੰਦੇ ਹਨ। ਇਹ ਬੋਡੀ ਦੇ ਵਿੱਚੋਂ ਟੌਕਸਿਨ ਨੂੰ ਰਿਮੂਵ ਕਰਨ ਦੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਹੈ। ਤਾਂ ਦੋਸਤੋ, ਇਸ ਤੋਂ ਬਾਅਦ ਦੂਜੀ ਚੀਜ਼ ਜੋ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਉਹ ਹੈ ਲੈਮਨ, ਯਾਨੀ ਕਿ ਨਿੰਬੂ। ਤਾਂ ਦੋਸਤੋ, ਇਸ ਦੇ ਵਿੱਚ ਤੁਸੀਂ 2 ਨਿੰਬੂਆਂ ਨੂੰ ਯੂਜ਼ ਕਰਨਾ ਹੈ। ਤਾਂ ਦੋਸਤੋ, ਤੁਸੀਂ 2 ਨਿੰਬੂਆਂ ਨੂੰ ਚੰਗੀ ਤਰ੍ਹਾਂ ਨਾਲ ਧੋ ਲੈਣਾ ਹੈ, ਉਸ ਤੋਂ ਬਾਅਦ ਤੁਸੀਂ ਇਸ ਨੂੰ ਕੱਟ ਲੈਣਾ ਹੈ। ਤਾਂ ਦੋਸਤੋ, ਨਿੰਬੂਆਂ ਨੂੰ ਕੱਟਣ ਤੋਂ ਬਾਅਦ ਤੁਸੀਂ ਇੱਕ ਪੈਨ ਦੇ ਵਿੱਚ 200 ml ਪਾਣੀ ਲੈਣਾ ਹੈ। ਤਾਂ ਦੋਸਤੋ, ਉਸ ਤੋਂ ਬਾਅਦ ਜਿਹੜਾ ਤੁਸੀਂ ਨਿੰਬੂਆਂ ਨੂੰ ਕੱਟਿਆ ਸੀ ਇਸ ਦੇ ਵਿੱਚ ਪਾ ਦਿਵੋ ਅਤੇ ਜੋ ਤੁਸੀਂ 10 ਗ੍ਰਾਮ ਅਦਰਕ ਨੂੰ ਗ੍ਰੈਂਡ ਕੀਤਾ ਸੀ ਉਹ ਵੀ ਇਸ ਦੇ ਵਿੱਚ ਐਡ ਕਰ ਲੈਣਾ ਹੈ। ਦੋਸਤੋ, ਉਸ ਤੋਂ ਬਾਅਦ ਤੁਸੀਂ ਇਹਨਾਂ ਸਾਰੀ ਚੀਜ਼ਾਂ ਨੂੰ 10 ਤੋਂ 15 ਮਿੰਟ ਤੱਕ ਚੰਗੀ ਤਰ੍ਹਾਂ ਨਾਲ ਬੋਇਲ ਕਰਨਾ ਹੈ, ਯਾਨੀ ਕਿ ਉਬਾਲਣਾ ਹੈ। ਤਾਂ ਦੋਸਤੋ, 10 ਤੋਂ 15 ਮਿੰਟ ਤੋਂ ਬਾਅਦ ਜਦੋਂ ਇਹ ਚੰਗੀ ਤਰ੍ਹਾਂ ਨਾਲ ਬੋਇਲ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਠੰਡਾ ਹੋਣ ਲਈ ਰੱਖ ਦੇਣਾ ਹੈ। ਤਾਂ ਦੋਸਤੋ, ਆਪਾਂ ਇੱਥੇ ਲੈਮਨ ਨੂੰ ਛਿਲਕੇ ਦੇ ਸਮੇਤ ਪਾਣੀ ਦੇ ਵਿੱਚ ਉਬਾਲਿਆ ਹੈ ਕਿਉਂਕਿ ਦੋਸਤੋ, ਨਿੰਬੂ ਦੇ ਛਿਲਕੇ ਦੇ ਵਿੱਚ ਬਹੁਤ ਹੀ ਅਧਿਕ ਮਾਤਰਾ ਦੇ ਵਿੱਚ ਵਿਟਾਮਿਨ ਸੀ ਅਤੇ ਐਂਟੀ ਆਕਸੀਡੈਂਟਸ ਹੁੰਦੇ ਹਨ ਜੋ ਆਪਣੇ ਐਕਸਟਰਾ ਫੈਟ ਨੂੰ ਰਿਡਿਊਸ ਕਰਨ ਦੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਹੁੰਦਾ ਹੈ। ਤਾਂ ਦੋਸਤੋ, ਜਦੋਂ ਇਹ ਪਾਣੀ ਠੰਡਾ ਹੋ ਜਾਵੇ ਇਸ ਦੇ ਵਿੱਚ ਮੌਜੂਦ ਨਿੰਬੂਆਂ ਨੂੰ ਤੁਸੀਂ ਉਸੇ ਪਾਣੀ ਦੇ ਵਿੱਚ ਨਿਚੋੜ ਲੈਣਾ ਹੈ। ਤਾਂ ਦੋਸਤੋ, ਨਿੰਬੂਆਂ ਨੂੰ ਨਿਚੋੜਨ ਤੋਂ ਬਾਅਦ ਇਹ ਆਪਣੀ ਡਰਿੰਕ ਤਿਆਰ ਹੋ ਚੁੱਕੀ ਹੈ। ਤਾਂ ਦੋਸਤੋ, ਇਸ ਡਰਿੰਕ ਨੂੰ ਯੂਜ਼ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਤੁਸੀਂ ਇਸ ਡਰਿੰਕ ਨੂੰ ਇਸੇ ਤਰੀਕੇ ਨਾਲ ਯੂਜ਼ ਨਹੀਂ ਕਰਨਾ ਹੈ ਕਿਉਂਕਿ ਇਸ ਦੇ ਵਿੱਚ ਖਟਿਆਈ ਬਹੁਤ ਜ਼ਿਆਦਾ ਵੱਧ ਚੁੱਕੀ ਹੈ, ਇਸ ਲਈ ਤੁਸੀਂ ਇਸ ਨੂੰ ਡਾਇਰੈਕਟ ਨਹੀਂ ਪੀਣਾ ਹੈ। ਤਾਂ ਦੋਸਤੋ, ਤੁਸੀਂ ਕਰਨਾ ਕੀ ਹੈ, ਇਸ ਪਾਣੀ ਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਛਾਣ ਲਵੋ। ਤਾਂ ਦੋਸਤੋ, ਜਿਹੜੀ ਆਪਾਂ ਇਹ ਡਰਿੰਕ ਤਿਆਰ ਕੀਤੀ ਹੈ ਤੁਸੀਂ ਇਸ ਨੂੰ ਸਾਰਾ ਨਹੀਂ ਪੀਣਾ ਹੈ, ਤੁਸੀਂ ਸਿਰਫ 3 ਚਮਚ ਦਾ ਯੂਜ਼ ਕਰਨਾ ਹੈ। ਬਾਕੀ ਇਸ ਬਚੀ ਹੋਈ ਡਰਿੰਕ ਦਾ ਇਸਤੇਮਾਲ ਤੁਸੀਂ 1 ਹਫ਼ਤੇ ਤੱਕ ਕਰਨਾ ਹੈ। ਤੁਸੀਂ ਇਸ ਡਰਿੰਕ ਨੂੰ ਫਰਿੱਜ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ। ਤੁਸੀਂ ਇਸ ਦਾ ਇਸਤੇਮਾਲ 1 ਵਾਰੀ ਦੇ ਵਿੱਚ ਸਿਰਫ 3 ਚਮਚ ਕਰਨਾ ਹੈ। ਤਾਂ ਦੋਸਤੋ, ਤੁਸੀਂ ਇਸ ਦੇ 3 ਚਮਚ ਹਲਕੇ ਕੋਸੇ ਪਾਣੀ ਦੇ ਵਿੱਚ ਐਡ ਕਰਨੇ ਹਨ। ਤਾਂ ਦੋਸਤੋ, ਤੁਸੀਂ ਕੀ ਕਰਨਾ ਹੈ, 100 ml ਗਰਮ ਪਾਣੀ, ਕੋਸਾ ਪਾਣੀ ਲੈਣਾ ਹੈ ਅਤੇ ਉਸ ਦੇ ਵਿੱਚ 3 ਚਮਚ ਐਡ ਕਰ ਲੈਣੇ ਹਨ। ਤਾਂ ਦੇਖੋ ਦੋਸਤੋ, ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਸ ਤਰੀਕੇ ਨਾਲ ਤੁਸੀਂ ਆਪਣੀ ਡਰਿੰਕ ਨੂੰ ਤਿਆਰ ਕਰਨਾ ਹੈ। ਤਾਂ ਦੋਸਤੋ, ਹੁਣ ਆਪਣੀ ਇਹ ਡਰਿੰਕ ਬਣ ਕੇ ਤਿਆਰ ਹੈ, ਪਰ ਇਸ ਨੂੰ ਪੀਣ ਤੋਂ ਪਹਿਲਾਂ ਤੁਸੀਂ ਇਸ ਦੇ ਵਿੱਚ 1 ਚੀਜ਼ ਨੂੰ ਹੋਰ ਐਡ ਕਰਨਾ ਹੈ। ਤਾਂ ਦੋਸਤੋ, ਉਹ ਹੈ ਸ਼ਹਿਦ, ਯਾਨੀ ਕਿ ਹਨੀ ਨੂੰ ਐਡ ਕਰਨਾ ਹੈ। ਤੁਸੀਂ ਇਸ ਦੇ ਵਿੱਚ 1 ਚਮਚ ਹਨੀ ਐਡ ਕਰਨਾ ਹੈ। ਤਾਂ ਦੋਸਤੋ, ਤੁਸੀਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਸ਼ਹਿਦ ਨੂੰ ਅਖੀਰ ਦੇ ਵਿੱਚ ਐਡ ਕਰਨਾ ਹੈ, ਤੁਸੀਂ ਸ਼ਹਿਦ ਨੂੰ ਬੋਇਲ ਨਹੀਂ ਕਰਨਾ ਹੈ। ਤਾਂ ਦੋਸਤੋ, ਇਸ ਤੋਂ ਬਾਅਦ ਤੁਸੀਂ ਇਸ ਡਰਿੰਕ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਹੈ। ਆਹ ਦੇਖੋ ਦੋਸਤੋ, ਆਪਣੀ ਇਹ ਡਰਿੰਕ ਹੁਣ ਬਣ ਕੇ ਤਿਆਰ ਹੈ, ਤੁਸੀਂ ਇਸ ਦਾ ਇਸਤੇਮਾਲ ਹੁਣ ਕਰ ਸਕਦੇ ਹੋ। ਤਾਂ ਦੋਸਤੋ, ਤੁਸੀਂ ਇਸ ਡਰਿੰਕ ਦਾ ਇਸਤੇਮਾਲ ਦਿਨ ਦੇ ਵਿੱਚ 2 ਵਾਰੀ ਕਰਨਾ ਹੈ, ਉਹ ਵੀ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਕਰਨਾ ਹੈ। ਤਾਂ ਦੋਸਤੋ, ਜਦੋਂ ਤੁਸੀਂ ਰੈਗੂਲਰ ਇਸ ਤਰੀਕੇ ਨਾਲ ਤੁਸੀਂ ਇਸਨੂੰ ਯੂਜ਼ ਕਰੋਗੇ ਤਾਂ 1 ਹਫ਼ਤੇ ਦੇ ਵਿੱਚ ਤੁਹਾਨੂੰ ਕਾਫ਼ੀ ਅੱਛੇ ਰਿਜ਼ਲਟ ਦੇਖਣ ਨੂੰ ਮਿਲਣਗੇ। ਤਾਂ ਦੋਸਤੋ, ਤੁਸੀਂ ਇਸ ਦਾ ਇਸਤੇਮਾਲ 1 ਮੰਥ ਲਈ ਕਰਨਾ ਹੈ।
ਅਤੇ ਇੱਕ ਮੰਥ ਦੇ ਵਿੱਚ ਤੁਸੀਂ ਆਪਦਾ ਮੋਟਾਪਾ ਕਾਫੀ ਹੱਦ ਤੱਕ ਘਟਾ ਚੁੱਕੇ ਹੋਵੋਗੇ। ਤਾਂ ਦੋਸਤੋ ਇਹ ਬਹੁਤ ਹੀ ਜ਼ਿਆਦਾ ਅਸਰਦਾਰ ਡਰਿੰਕ ਹੈ, ਇਸ ਦਾ ਕੋਈ ਵੀ ਸਾਈਡ ਇਫੈਕਟ ਆਪਣੇ ਸਰੀਰ ਦੇ ਉੱਤੇ ਨਹੀਂ ਹੈ, ਲੇਕਿਨ ਜਿੰਨੀ ਮਾਤਰਾ ਮੈਂ ਤੁਹਾਨੂੰ ਦੱਸੀ ਹੈ ਤੁਸੀਂ ਉਨੀ ਮਾਤਰਾ ਦਾ ਹੀ ਇਸਤੇਮਾਲ ਕਰਨਾ ਹੈ, ਉਸ ਤੋਂ ਵੱਧ ਤੁਸੀਂ ਨਹੀਂ ਕਰਨਾ ਹੈ। ਤਾਂ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ, ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ, ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ, ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।